a South Asian Canadian channel. ਯੂਥ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਸੱਤਾ ਦੀ ਅਗਵਾਈ 'ਚ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹਲਕਾ ਸਨੌਰ ਤੋਂ MLA ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੀ ਅਗਵਾਈ 'ਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮਹਾਨ ਯੋਧੇ ਨੂੰ ਯਾਦ ਕੀਤਾ ਗਿਆ ਤੇ ਇਤਿਹਾਸ ਤੇ ਚਾਨਣ ਪਾਇਆ। ਇਸ ਮੌਕੇ ਯੂਥ ਆਗੂ ਸਤਨਾਮ ਸਿੰਘ ਸੱਤਾ ਨੇ ਇਸ ਮਹਾਨ ਦਿਨ ਦੀ ਵਧਾਈ ਦਿੱਤੀ ਤੇ ਨਾਲ ਹੀ ਸ਼ਹੀਦ ਭਗਤ ਸਿੰਘ ਦੇ ਦੱਸੇ ਰਾਹ ਤੇ ਚੱਲਣ ਦੀ ਵੀ ਪ੍ਰੇਰਣਾ ਦਿੱਤੀ। ਅੱਜ ਜੀ ਸਾਡੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਸਮੁੱਚਾ ਯੂਥ ਅਕਾਲੀ ਦਲ ਪਟਿਆਲਾ ਮਨਾ ਰਿਹਾ ਹੈ। ਅਸੀਂ ਸਿਜਦਾ ਕਰਦੇ ਹਾਂ ਜਿਸ ਮਾਂ ਦੀ ਕੁੱਖੋਂ ਉਹਨਾਂ ਨੇ ਜਨਮ ਲਿਆ। ਉਹ ਉਹਨਾਂ ਦੀ ਇਕੱਲੀ ਮਾਂ ਨਹੀਂ ਸੀ, ਸਾਡੇ ਸਮੁੱਚੇ ਯੂਥ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਚੰਗੇ ਅਗਾਂਹ ਵਧੂ ਸੋਚ ਜਿਹੜੀ ਉਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਉਹਨੂੰ ਹਮੇਸ਼ਾ ਜਾਇਆ ਨਹੀਂ ਜਾਣ ਦਿੱਤਾ ਜਾਊਗਾ। ਹਮੇਸ਼ਾ ਹੀ ਉਹਨਾਂ ਦੀ ਸੋਚ 'ਤੇ ਲੈ ਕੇ ਉਹਨਾਂ ਦੀ ਸੋਚ 'ਤੇ ਪਹਿਰਾ ਦਿੰਦਾ ਰਹੂਗਾ ਸਮੁੱਚਾ ਯੂਥ ਅਕਾਲੀ ਦਲ। ਅਤੇ ਅਸੀਂ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਕੇ ਅਸੀਂ ਉਹਨਾਂ ਨੂੰ ਆਪਣੇ ਦਿਲਾਂ ਦੇ ਵਿੱਚ ਆਪਣੇ ਸਮੁੱਚੇ ਸਮਾਜ ਦੇ ਵਿੱਚ ਜ਼ਿੰਦਾ ਰੱਖਣ ਦੀ। ਉੱਥੇ ਹੀ ਇਸ ਮੌਕੇ MLA ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਵੀ ਲੋਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਉਸ ਯੋਧੇ ਨੂੰ ਯਾਦ ਕੀਤਾ, ਨਾਲ ਹੀ ਪੰਜਾਬ ਸਰਕਾਰ ਦੀ ਚੁਣੀ ਕੈਬਨਿਟ 'ਤੇ ਸਵਾਲ ਚੁੱਕੇ। ਉਹਨਾਂ ਨੇ VIP ਕਲਚਰ ਖਤਮ ਕਰਨ 'ਤੇ ਵੀ ਖੁੱਲ੍ਹ ਕੇ ਆਪਣੀ ਪ੍ਰਤੀਕਿਰਿਆ ਸਾਹਮਣੇ ਰੱਖੀ। MLA ਨੇ ਕੇਜਰੀਵਾਲ ਦੇ ਪੰਜਾਬ ਦੌਰੇ 'ਤੇ ਵੀ ਤਿੱਖੇ ਤੰਜ ਕਸੇ। ਸਮੁੱਚੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਹਰ ਉਸ ਹਿੰਦੁਸਤਾਨੀ ਨੂੰ ਅਤੇ ਲੋਕ ਰਾਜ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਉਸ ਵਿਅਕਤੀ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸ਼ਹੀਦ ਭਗਤ ਸਿੰਘ ਦੇ ਇਸ ਜਨਮ ਦਿਹਾੜੇ ਦੀ। ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਇੱਕ ਫਿਲੋਸਫੀ ਸੀ, ਇੱਕ ਐਸੇ ਵਿਚਾਰਾਂ ਦਾ ਨਾਂ ਸੀ ਜਿਹਦੇ ਉੱਤੇ ਹਮੇਸ਼ਾ ਹੀ ਮਾਣ ਵੀ ਕੀਤਾ ਜਾਊਗਾ ਅਤੇ ਜਿਨ੍ਹਾਂ ਤੋਂ ਦੇਸ਼ ਭਗਤੀ ਦਾ, ਦੇਸ਼ ਲਈ ਕੁਝ ਕਰਨ ਦਾ, ਆਪਣੇ ਲੋਕਾਂ ਲਈ ਕੁਝ ਕਰਨ ਦਾ ਜਜ਼ਬਾ ਸਾਡੀ ਆਉਣ ਵਾਲੀ ਪਨੀਰੀ ਹਮੇਸ਼ਾ ਜਿਹੜਾ ਹੈਗਾ ਗ੍ਰਹਿਣ ਕਰਦੀ ਰਹੂਗੀ। ਮੈਂ ਸ਼ਹੀਦ ਭਗਤ ਸਿੰਘ ਦੇ ਜੀਵਨ ਦੀ ਇੱਕ ਜ਼ਰੂਰ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ 22 ਮਾਰਚ 1931 ਨੂੰ ਜਦੋਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਣ ਲੱਗੀ ਸੀ, ਉਸ ਤੋਂ ਪਹਿਲਾਂ 22 ਮਾਰਚ 1931 ਨੂੰ ਜਿਹੜੇ ਲਾਹੌਰ ਕੇਸ ਦੇ ਬੰਦੀ ਇਨਕਲਾਬੀ ਸੀ ਉਹਨਾਂ ਨੇ ਇੱਕ ਚਿੱਠੀ ਸਰਦਾਰ ਭਗਤ ਸਿੰਘ ਨੂੰ ਲਿਖੀ ਅਤੇ ਚਿੱਠੀ ਵਿੱਚ ਕਿਹਾ ਵੀ ਸਰਦਾਰ ਭਗਤ ਸਿੰਘ, ਅਸੀਂ ਤੁਹਾਡੀ ਫਾਂਸੀ ਨੂੰ ਰੋਕਣ ਲਈ ਕੁਝ ਉਪਰਾਲਾ ਕਰਨਾ ਚਾਹੁੰਦੇ ਹਾਂ, ਕੁਝ ਕੋਸ਼ਿਸ਼ ਕਰਨਾ ਚਾਹੁੰਦੇ ਹਾਂ, ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਦੇ ਲਈ ਅੱਗੇ ਵਧੀਏ। ਤਾਂ ਸਰਦਾਰ ਭਗਤ ਸਿੰਘ ਨੇ ਉਹਦੇ ਜਵਾਬ ਵੀ ਜਿਹੜੀ ਗੱਲ ਕਹੀ ਸੀ, ਮੈਂ ਸਮਝਦਾ ਉਹ ਜਜ਼ਬੇ ਦੀ, ਵਿਚਾਰਾਂ ਦੀ ਅਤੇ ਜੋ ਸਰਦਾਰ ਭਗਤ ਸਿੰਘ ਦੀ ਸੋਚ ਸੀ ਉਹਨੂੰ ਸਪਸ਼ਟ ਰੂਪ ਵਿੱਚ ਉਜਾਗਰ ਕਰਦੀ ਆ ਵੀ ਕਿਹੋ ਜਿਹੀ ਬੁਲੰਦ ਸੋਚ ਅਤੇ ਕਿਹੋ ਜਿਹੀ ਡੂੰਘਾਈ ਸੀ ਉਸ ਸੋਚ ਦੇ ਵਿੱਚ। ਸਰਦਾਰ ਭਗਤ ਸਿੰਘ ਨੇ ਉਸ ਚਿੱਠੀ ਦੇ ਜਵਾਬ ਵਿੱਚ ਕਿਹਾ ਸੀਗਾ ਕਿ ਅੱਜ ਸਰਦਾਰ ਭਗਤ ਸਿੰਘ ਇਨਕਲਾਬ ਦਾ ਇੱਕ ਨਾਂ ਬਣ ਚੁੱਕਿਆ, ਜ਼ਿੰਦਗੀ ਲੰਬੀ ਹੋਵੇ, ਜ਼ਿੰਦਗੀ ਜਿਉਣਾ ਹਰ ਇੱਕ ਦੀ ਖੁਆਇਸ਼ ਆ, ਮੈਂ ਆਪਣੇ ਸਾਥੀਆਂ ਕੋਲ ਇਸ ਗੱਲ ਨੂੰ ਲੁਕਾਉਣਾ ਨਹੀਂ ਚਾਹੁੰਦਾ, ਪਰ ਦੇਸ਼ ਦੇ ਲੋਕ ਮੈਨੂੰ ਇਨਕਲਾਬ ਦੇ ਇੱਕ ਨਿਸ਼ਾਨ ਦੇ ਰੂਪ ਵਿੱਚ ਦੇਖਦੇ ਨੇ। ਮਾਵਾਂ ਇਹ ਸੋਚਦੀਆਂ ਨੇ ਵੀ ਸਾਡੀ ਕੁੱਖੋਂ ਵੀ ਐਸਾ ਸੂਰਮਾ ਪੈਦਾ ਹੋਵੇ ਹਮੇਸ਼ਾ, ਅਤੇ ਜੇ ਅੱਜ ਮੈਂ ਇਹ ਗੱਲ ਮੰਨ ਕੇ ਮੇਰੇ ਸਾਥੀ ਮੇਰੀ ਫਾਂਸੀ ਨੂੰ ਰੋਕਣ ਲਈ ਯਤਨ ਕਰਨਗੇ ਤਾਂ ਉਹਦੇ 'ਚ ਕਿਤੇ ਨਾ ਕਿਤੇ ਦੁਨੀਆ ਦੇ ਅੱਗੇ ਲੱਗੂਗਾ ਵੀ ਸਰਦਾਰ ਭਗਤ ਸਿੰਘ ਸ਼ਾਇਦ ਫਾਂਸੀ ਤੋਂ ਡਰ ਗਿਆ। ਸੋ ਮੈਂ ਜ਼ਿੰਦਗੀ ਦਾ ਉਹ ਮੁਕਾਮ, ਜੋ ਉਚਾਈ ਜ਼ਿੰਦਗੀ ਜਿਉਂਦਿਆਂ ਕੋਈ ਬੰਦਾ ਮੁਕਾਮ ਹਾਸਲ ਕਰਨਾ ਚਾਹੁੰਦਾ, ਮੈਂ ਉਹ ਮੁਕਾਮ ਉਹ ਉਚਾਈ ਹਾਸਲ ਕਰ ਚੁੱਕਿਆ ਜਿਸ ਤੋਂ ਉੱਚੇ ਹੋਰ ਕੋਈ ਨਹੀਂ ਹੋ ਸਕਦੀ ਚੀਜ਼, ਕਿ ਇੱਕ ਇਨਕਲਾਬ ਦੇ ਨਿਸ਼ਾਨ ਦੇ ਰੂਪ ਵਿੱਚ, ਇੱਕ ਦਲੇਰੀ ਅਤੇ ਇੱਕ ਜਜ਼ਬੇ ਦੇ ਰੂਪ ਵਿੱਚ ਮੈਨੂੰ ਲੋਕ ਤੱਕਦੇ ਨੇ ਅਤੇ ਆਜ਼ਾਦੀ ਦੀ ਲਹਿਰ ਨੂੰ, ਦੇਸ਼ ਲਈ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡਾ ਇੱਕ ਜਜ਼ਬਾ ਦਿੰਦੀ ਰਹੂਗੀ ਇਹ ਚੀਜ਼ ਜਿਹੜੀ ਹੈਗੀ ਆ, ਮੇਰੇ ਮਰਨ ਤੋਂ ਬਾਅਦ ਵੀ ਮੇਰੀ ਸੋਚ ਨੂੰ ਜਿਉਂਦਾ ਰੱਖੂਗੀ। ਸੋ ਸ਼ਹੀਦ ਭਗਤ ਸਿੰਘ ਦੇ ਇਹ ਜਿਹੜੇ ਬੋਲ ਸੀਗੇ, ਇਹ ਜਿੱਥੇ ਉਹਨਾਂ ਦੀ ਬਹਾਦਰੀ, ਉਹਨਾਂ ਦੀ ਸੂਰਬੀਰਤਾ, ਉਹਨਾਂ ਦੀ ਦੇਸ਼ ਲਈ ਦ੍ਰਿੜਤਾ ਅਤੇ ਸਮਰਪਤਾ ਨੂੰ ਉਜਾਗਰ ਕਰਦੇ ਸੀ, ਉੱਥੇ ਮੈਂ ਕਹਿ ਸਕਦਾ ਵੀ ਇਹਨਾਂ ਬੋਲਾਂ ਦੇ ਕਾਰਨ ਹੀ ਆ ਕਿ ਅੱਜ ਵੀ ਮਾਵਾਂ ਹਮੇਸ਼ਾ ਦੁਆ ਕਰਦੀਆਂ ਵੀ ਸਾਡੀ ਕੁੱਖੋਂ ਭਗਤ ਸਿੰਘ ਵਰਗਾ ਸੂਰਮਾ, ਐਸੀ ਸੋਚ ਅਤੇ ਐਸੇ ਵਿਚਾਰਾਂ ਦਾ ਧਾਰਨੀ ਵਿਅਕਤੀ ਪੈਦਾ ਹੋਵੇ। ਸੋ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਸਾਰੇ ਹੀ ਖਾਸ ਤੌਰ ਦੇ ਉੱਤੇ, ਮੈਂ ਸਮਝਦਾ ਨੌਜਵਾਨ ਜਿਹੜੇ ਹੈਗੇ ਨੇ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਨੇ ਉੱਥੇ ਉਹਨਾਂ ਦੀ ਤਸਵੀਰ ਆ ਜਿਹੜੀ ਨੌਜਵਾਨਾਂ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੀ ਹੈ, ਅਤੇ ਮੈਂ ਸਮਝਦਾ ਖਾਸ ਤੌਰ ਦੇ ਉੱਤੇ ਜਵਾਨੀ ਜਿਹੜੀ ਕੇਵਲ ਜੋਸ਼ ਲਈ ਜਾਣੀ ਜਾਂਦੀ ਆ।